ਆ ਦੇਖੋ ਤੁਸੀਂ ਆ ਜੇ ਫੋਰਡ ਟਰੈਕਟਰ। ਹਾਂਜੀ ਸਤਿ ਸ਼੍ਰੀ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਸਭ ਤੋਂ ਪਹਿਲਾਂ ਤੇ ਆ ਦੇਖੋ ਤੁਸੀਂ, ਆਪਾਂ ਜਿਹੜੀ ਵਾਰ ਉਦਣ ਵੀਡੀਓ ਸ਼ੂਟ ਕੀਤੀ ਸੀਗੀ ਉਹ ਇੱਥੇ ਐਡਿਟ ਕਰਨ ਦੇ ਆਵਾਂ, ਐਡਿਟ ਹੋ ਚੁੱਕੀ ਆ, ਬਸ ਰੈਂਡਰ ਕਰਨ ਦੇ ਆ। ਹੁਣ 6% ਹੋਈ ਹੈ ਰੈਂਡਰ, ਤੇ ਇਹਨੂੰ ਕਰਨਾ ਅਪਲੋਡ, ਹਜੇ ਇਹਦੇ ਥੋੜ੍ਹਾ ਟਾਈਮ ਲੱਗ ਜਾਣਾ। ਅਤੇ ਉਸ ਤੋਂ ਇਲਾਵਾ ਕੱਲ੍ਹ ਦਾ ਵਲੌਗ ਉਹ ਮੈਂ ਅਪਲੋਡ ਕਰ ਚੁੱਕਿਆ ਵਾਂ, ਬਸ ਥੰਬਨੇਲ ਵਗੈਰਾ ਸੈੱਟ ਕਰਨ ਵਾਲਾ ਰਹਿੰਦਾ ਉਹਦਾ। ਅਤੇ ਉਸ ਤੋਂ ਇਲਾਵਾ ਇੱਥੋਂ ਦਾ ਅਪਡੇਟ ਵੇਖ ਲਓ ਤੁਸੀਂ, ਕੱਲ੍ਹ ਦਾ ਸਮਾਨ ਉਵੇਂ ਖੜ੍ਹਾ ਹੋਇਆ। ਅੱਜ ਇੱਕ ਤਾਂ ਅਰਜਨ ਦੀ ਮੋਟਰ ਫਿੱਟ ਕਰ ਦੇਣੇ ਆ, ਇਹ ਕੰਮ ਨਿਬੇੜਦੇ ਹਾਂ ਸਭ ਨਾਲੋਂ ਪਹਿਲਾਂ, ਠੀਕ ਆ। ਇਹਨੂੰ ਇੱਕ ਪਾਸੇ ਕਰੀਏ ਤਿਆਰ ਕਰਕੇ, ਅਤੇ ਉਸ ਦੇ ਨਾਲ ਫਿਰ ਅੱਜ 9-11 ਦੇ ਕੰਮ ਕਰਾਂਗੇ ਜਿੰਨਾ ਕੁ ਵੀ ਹੋਊਗਾ। ਕਨਫਰਮ ਕੁਛ ਨਹੀਂ ਕਹਿੰਦਾ ਮੈਂ, ਕਿਉਂਕਿ ਇਹਦੇ 'ਚ ਮੌਕੇ 'ਤੇ ਡਿਜ਼ਾਈਨ ਕਰਨ ਵਾਲਾ ਕਾਫੀ ਪਿਆ ਹੈ। ਕੰਪਿਊਟਰ 'ਚ ਪਹਿਲਾਂ ਡਿਜ਼ਾਈਨ ਹੋਊਗਾ, ਫਿਰ ਪ੍ਰਿੰਟ ਹੋਊਗਾ, ਬਾਕੀ ਦਾ ਕੰਮ ਸਾਰਾ ਉਸ ਤੋਂ ਬਾਅਦ ਹੋਣਾ ਫਿਟਿੰਗ ਵਾਲਾ। ਅਤੇ ਉਸ ਦੇ ਨਾਲ ਜਿਹੜਾ ਆਪਣਾ ਲੋਡਰ ਹੈ ਨਾ, ਵੈਸੇ ਤਾਂ ਇਹਦੇ 'ਤੇ ਮੈਂ ਕੰਮ ਕਰਨ ਦਿਆਂ ਵਾਂ, ਪਰ ਮੈਂ ਇਹਦੇ 'ਤੇ ਜ਼ਿਆਦਾ ਫਾਸਟ ਕੰਮ ਇਸ ਕਰਕੇ ਨਹੀਂ ਕਰਨ ਦਿਆਂ, ਕਿਉਂਕਿ ਨਾ ਇਹਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਪਾਰਟ ਮੈਂ ਮੰਗਾਇਆ ਹੋਇਆ, ਔਨਲਾਈਨ ਆਰਡਰ ਕੀਤਾ ਹੋਇਆ, ਉਹਨੂੰ ਆਉਣ 'ਚ ਕਮ ਸੇ ਕਮ 15-20 ਦਿਨ ਲੱਗ ਜਾਣੇ ਆ। ਅਤੇ ਉਹਦੇ ਬਿਨਾਂ ਨਾ ਆਪਣਾ ਲੋਡਰ ਕੰਪਲੀਟ ਨਹੀਂ ਹੋਣਾ। ਹੀਟਿੰਗ ਵਗੈਰਾ ਤਾਂ ਸਾਰੀ ਹੋ ਜੂਗੀ, ਪਰ ਇਹਨੂੰ ਓਪਰੇਟ ਕਰਨ ਵਾਸਤੇ ਨਾ ਉਹ ਜਿਹੜਾ ਪਾਰਟ ਇਹਦਾ ਬਹੁਤ ਜ਼ਰੂਰੀ ਹੈ, ਉਹ ਕੀ ਹੈ ਉਹ ਜਦੋਂ ਆਊਗਾ ਉਦੋਂ ਹੀ ਤੁਹਾਨੂੰ ਪਤਾ ਲੱਗੂਗਾ, ਠੀਕ ਹੈ। ਟਾਈਮ ਤਾਂ ਉੱਥੇ 10-15 ਦਿਨ ਕਿਹਾ ਸੀਗਾ ਜਦੋਂ ਮੈਂ ਆਰਡਰ ਲਾਇਆ ਸੀ, ਅੱਜ ਤੋਂ ਮੇਰੇ ਹਿਸਾਬ ਨਾਲ 5-6 ਦਿਨ ਪਹਿਲਾਂ ਆਰਡਰ ਲਾਇਆ ਸੀ, ਯਾਨੀ ਕਿ 10-10 ਦਿਨ ਹੋਰ ਨੇ, ਉਮੀਦ ਹੈ ਹਫ਼ਤੇ ਦੇ ਵਿੱਚ ਆਪਣੇ ਕੋਲ ਪਹੁੰਚ ਜੂਗਾ। ਇਸ ਕਰਕੇ ਇਹਦੇ 'ਤੇ ਕੰਮ ਥੋੜ੍ਹਾ ਜਿਹਾ ਸਲੋ ਹੀ ਚੱਲਣ ਦਿਆ। ਓਕੇ, ਇਹ ਸੀਗਾ ਸੀਨ, ਅਤੇ ਬਸ ਅੱਜ ਦਾ ਕੰਮ ਮੇਨ ਆ ਹੀ ਹੈ। ਕੋਈ ਨਵਾਂ ਪ੍ਰੋਜੈਕਟ ਸਟਾਰਟ ਕਰਨਾ ਨਹੀਂ ਹਜੇ, ਵੀਡੀਓ ਸ਼ੂਟ 'ਤੇ ਧਿਆਨ ਦੇਣਾ ਜ਼ਿਆਦਾ, ਸ਼ਾਮ ਨੂੰ ਦੇਖਦੇ ਹਾਂ ਅੱਜ ਵੀਡੀਓ ਸ਼ੂਟ ਕਰਦੇ ਹਾਂ। ਲਓ ਵੀ ਮੁੰਡਿਓ, ਜੰਗੀ ਪੱਧਰ 'ਤੇ ਕੰਮ ਕੀਤਾ ਆਪਾਂ ਆਪਣੇ ਅਰਜਨ 'ਤੇ, ਅਤੇ ਫਾਈਨਲੀ ਜਾ ਕੇ ਮੋਟਰਾਂ ਫਿੱਟ ਹੋ ਗਈਆਂ ਨੇ, ਵਿੱਚ 1-2 ਪ੍ਰੋਬਲਮ ਵੀ ਆਈਆਂ ਸੀਗੀਆਂ। ਅਤੇ ਵਿੱਚ ਨਾ ਥੋੜ੍ਹੀ ਜਿਹੀ ਦਿੱਕਤ ਵੀ ਆਈ ਹੈ, ਅਤੇ ਦਿੱਕਤ ਹਜੇ ਵੀ ਹੈਗੀ ਹੈ ਸਟੇਲਿੰਗ ਦੇ ਵਿੱਚ, ਪਰ ਮੌਕੇ 'ਤੇ ਇੱਕ ਵਾਰੀ ਸਰਨ ਦਿਆ। ਆ ਵੇਖੋ, ਇਹ ਧਿਆਨ ਨਾਲ ਸੁਣਿਓ ਸਾਊਂਡ, ਜਿਹੜਾ ਆਪਾਂ ਪਹਿਲਾਂ ਕਹਿੰਦੇ ਸੀ ਨਾ ਕਿ ਮੋਟਰ ਦੱਬਦੀ ਹੈ, ਵੀ ਥਰੋਟਲ ਦਿੰਦੇ ਹਾਂ ਆਪਾਂ, ਪਰ ਟਰੇਟਰ ਦੀ ਮੋਟਰ ਦੱਬਦੀ ਹੈ, ਅਸਲ 'ਚ ਉਹ ਦਿੱਕਤ ਮੋਟਰ 'ਚ ਨਹੀਂ ਸੀ, ਆਹ ਜਿਹੜਾ ਰਿਮੋਟ ਹੈ ਇਹਦੇ ਵਿੱਚ ਕੋਈ ਪ੍ਰੋਬਲਮ ਹੈ। ਅਤੇ ਮੌਕੇ 'ਤੇ ਸਾਰਾ ਕੁਝ ਓਕੇ ਆ, ਜ਼ਿਆਦਾ ਇਹਦੇ 'ਚ ਹੁਣ ਹੈ ਨਹੀਂ ਮੱਥਾ ਕਵਾਈ ਕਰਨ ਵਾਲੀ, ਛੇਤੀ ਛੇਤੀ ਇਹਦੀ ਫਿਟਿੰਗ ਕਰ ਦਿੰਦੇ ਹਾਂ, ਹਾਰਿਆਂ ਦਾ ਟਾਪਾ ਗਲੀਸ ਥੋੜ੍ਹੀ ਜਿਹੀ ਹੋਰ ਪਾ ਕੇ, ਅਤੇ ਬਸ ਇਹਨੂੰ ਸੀਲ ਬੰਦ ਕਰ ਦਿੰਦੇ ਇੱਦਾਂ, ਠੀਕ ਆ। ਜ਼ਿਆਦਾ ਮੱਥਾ ਕਵਾਈ ਨਹੀਂ ਕਰਨੀ ਇਹਦੇ 'ਤੇ ਆਪਾਂ ਹੁਣ, ਵੈਸੇ ਮੈਨੂੰ ਕਾਫੀ ਟਾਈਮ ਹੋ ਗਿਆ ਇਹਦੇ 'ਤੇ ਮੱਥਾ ਮਾਰਦੇ ਨੂੰ, ਤੁਸੀਂ ਮੰਨ ਕੇ ਚੱਲੋ ਵੀ ਸਵੇਰ ਦਾ ਇਹਨੂੰ ਹੀ ਲੱਗਾ ਹੋਇਆ, ਮੈਂ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਵਿੱਚ 'ਚ ਬਾਹਲਾ ਦਿਮਾਗ ਖਰਾਬ ਹੋ ਗਿਆ ਸੀਗਾ, ਉਹ ਜਮਾਂ ਹੀ ਨਹੀਂ ਸੀ ਚੱਲਦਾ ਪਿਆ ਰਿਮੋਟ। ਮੈਂ ਕਿਹਾ ਵੀ ਰਿਮੋਟ ਤਾਂ ਅੱਗੇ ਨਹੀਂ ਮਿਲਦੇ ਪਏ, ਅਤੇ ਜੇ ਵੀ ਖਰਾਬ ਹੋ ਗਿਆ ਫਿਰ ਪ੍ਰੋਬਲਮ ਹੋ ਜੂਗੀ। ਟਾਈਮ ਵੀ ਮੌਕੇ 'ਤੇ ਤੁਹਾਨੂੰ ਮੈਂ ਵਿਖਾ ਦਿੰਦਾ, 4 ਵਜਣ ਵਾਲੇ ਆ, ਅਤੇ ਆਪਾਂ ਬਾਹਰ ਵੀਡੀਓ ਸ਼ੂਟ ਵੀ ਕਰਨੀ ਹੈ, ਅਤੇ ਮੌਕੇ 'ਤੇ ਮੇਰੇ ਕੋਲ ਆਈਡੀਆ ਵੀ ਹੈ ਨਹੀਂਗਾ ਕਿ ਕਿਹੜੇ ਰੇਟਰ ਨਾਲ ਵੀਡੀਓ ਸ਼ੂਟ ਕਰੀਏ, ਅਤੇ ਸੋਚਦੇ ਹਾਂ, ਚਲੋ ਦੇਖਦੇ ਹਾਂ। ਆਹ 3 ਦੀ ਤਾਂ ਕੀਤੀ ਹੋਈ ਹੈ ਸ਼ੂਟ, ਅਤੇ ਕੱਲ੍ਹ ਇਹਦੀ ਕਰ ਲਈ, ਕਬੋਟਾ ਦੀ, ਅਰਜਨ ਦੀ ਹੋ ਚੁੱਕੀ ਹੈ, 9-11 ਹਜੇ ਵਰਕਿੰਗ 'ਚ ਹੈ, ਇਹਦੀ ਹੋਣੀ ਨਹੀਂ ਸ਼ੂਟ। ਅਤੇ ਮੇਰਾ ਪਲੈਨ ਸੀ ਕਿ ਕਿਸੇ ਟਰੇਟਰ ਵਿੱਚ ਟਰਾਲੀ ਪਾਉਂਦੇ ਹਾਂ, ਅਤੇ ਆਪਣਾ ਆਹ ਅਰਜਨ ਤਾਂ ਮੇਰੇ ਹਿਸਾਬ ਨਾਲ ਟਰਾਲੀ ਖਿੱਚੂਗਾ ਨਹੀਂ, ਕਿਉਂਕਿ ਇਹ ਫਾਸਟ ਹੈ, ਸਲੋ 'ਤੇ ਇਹਨੇ ਦੱਬ ਜਾਣਾ, ਪੰਗਾ ਲੈ ਕੇ ਦੇਖ ਲਾਂਗੇ ਬਾਕੀ। ਅਤੇ ਇਹਦੇ ਨਾਲ ਕਰਦੇ ਹਾਂ ਸ਼ੂਟ, ਅਤੇ ਮੈਂ ਸੋਚਣ ਦਿਆ ਸੀ ਕਿ ਆਹ ਚੌਂਡੀਅਰ ਨਾਲ ਸ਼ੂਟ ਕਰਦੇ ਹਾਂ ਅੱਜ ਵੀਡੀਓ, ਹਾਲਾਂਕਿ ਰਿਮੋਟ ਕੰਟਰੋਲ ਨਹੀਂ ਗਾ, ਮੁੜਦਾ ਨਹੀਂ ਗਾ, ਪਰ ਮਾੜੇ ਮੋਟੇ ਪੰਗੇ ਲੈ ਕੇ ਦੇਖ ਲੈਂਦੇ ਹਾਂ, ਜਾਂ ਕੁਛ ਇੱਦਾਂ ਦਾ ਸ਼ੂਟ ਕਰ ਲੈਂਦੇ ਹਾਂ ਕਿ ਜਿੱਥੇ ਟਰੈਕਟਰ ਫਸ ਜੇ ਆਪਾਂ ਹਾਈਡਰਾ ਯੂਜ਼ ਕਰ ਸਕੀਏ, ਜਾਂ ਕੋਈ ਹੋਰ ਟਰੈਕਟਰ ਯੂਜ਼ ਕਰ ਸਕੀਏ, ਠੀਕ ਆ, ਆਹ ਜੌਂਡੀਅਰ ਯੂਜ਼ ਕਰ ਸਕੀਏ, ਆਹ ਵੀ ਕਾਫੀ ਟਾਈਮ ਦਾ ਯੂਜ਼ ਨਹੀਂ ਕੀਤਾ। ਚਲੋ ਇੱਦਾਂ ਦਾ ਕੋਈ ਸੋਚਦਾ ਵਾਂ ਕੋਨਸੈਪਟ, ਜ਼ਿਆਦਾ ਲੰਮਾ ਚੌੜਾ ਨਾ ਹੋਵੇ, ਬਸ ਰੈਂਡਮ ਜਾਣਾ ਹੁਣ, ਇੱਦਾਂ ਡੇਲੀ ਦੇ ਡੇਲੀ ਤਾਂ ਨਹੀਂ, 1-2 ਦਿਨ ਛੱਡ ਕੇ ਵੀਡੀਓ ਸ਼ੂਟ ਕਰਦੇ ਰਹਾਂ ਕਰਾਂਗੇ ਆਪਾਂ, ਅਤੇ ਤੁਸੀਂ ਮੈਨੂੰ ਆਈਡੀਆ ਦਿੰਦੇ ਰਹੋ ਕਿ ਜਿੱਦਾਂ ਅੱਜ ਵਾਲਾ ਵਲੋਗ ਹੈ, ਠੀਕ ਹੈ, ਇਹਦੇ ਵਿੱਚ ਤੁਸੀਂ ਕਮੈਂਟ ਕਰ ਦਿਓ, ਅਤੇ ਕੱਲ੍ਹ ਵਾਲੇ ਵਲੋਗ 'ਚ ਵੀ ਸੇਮ ਕਮੈਂਟ ਕਰ ਦਿਓ, ਫਿਰ ਪਰਸੋਂ ਆਪਾਂ ਵੀਡੀਓ ਸ਼ੂਟ ਕਰ ਲਾਂਗੇ, 1 ਦਿਨ ਛੱਡ ਕੇ ਆਪਾਂ ਵੀਡੀਓ ਸ਼ੂਟ ਕਰਾਂਗੇ। ਇੱਥੇ ਮੈਂ ਵੇਖਣ ਆਇਆ ਸੀ ਮੌਸਮ, ਮੈਂ ਕਿਹਾ ਪਰਛਾਈਆਂ ਆਈ ਹੈ, ਸ਼ੂਟ ਕਰ ਸਕਦੇ ਹਾਂ ਕਿ ਨਹੀਂ, ਪਰ ਹਜੇ ਤਾਂ ਨਹੀਂ ਆਈ, ਮੇਰੇ ਹਿਸਾਬ ਨਾਲ 1/2 ਘੰਟਾ ਲੱਗ ਜੂਗਾ ਹਜੇ ਹੋਰ, 1/2 ਘੰਟਾ ਰੁਕ ਕੇ ਆਪਾਂ ਆਉਂਦੇ ਹਾਂ। ਅਤੇ ਉਸ ਤੋਂ ਇਲਾਵਾ ਨਾ ਇੱਕ ਹੋਰ ਪ੍ਰੋਬਲਮ ਆਈ ਹੈ, ਜਿਹੜੀ ਕਿ ਮੌਕੇ 'ਤੇ ਸਮਝ ਹੀ ਨਹੀਂ ਆ ਰਹੀ ਕਿ ਦਿੱਕਤ ਹੈ ਕੀ ਹੈ। ਥੋੜ੍ਹਾ ਥੋੜ੍ਹਾ ਜਿਹਾ ਆਈਡੀਆ ਹੈਗਾ ਵੀ ਆਹ ਦਿੱਕਤ ਹੋ ਸਕਦੀ ਹੈ, ਪਰ ਐਗਜੈਕਟ ਪ੍ਰੋਬਲਮ ਸਮਝ ਨਹੀਂ ਆਉਂਦੀ। ਪ੍ਰੋਬਲਮ ਕੀ ਹੈ ਪਹਿਲਾਂ ਉਹ ਤੁਹਾਨੂੰ ਮੈਂ ਵਿਖਾ ਦੇਣਾ ਕਿ ਆਹ ਦੇਖੋ, ਆਹ ਆਪਣਾ ਅਰਜਨ ਜਿਹਨਾਂ ਗੇਅਰ ਬੋਕਸ ਆ ਵਾ ਬਦਲਿਆ, ਠੀਕ ਹੈ, ਅਤੇ ਆਹ ਫੁੱਲ ਥਰੋਟਲ ਦੇ ਦੂੰਗਾ ਮੈਂ ਇੱਥੇ,
ਦੇਵਾਂ ਥੋੜ੍ਹਾ ਥੋੜ੍ਹਾ ਤੁਰਨ ਦੇਣਾ। ਫੁੱਲ ਥਰੋਟਲ ਹੈ, ਫੁੱਲ ਮੋਟਰਾਂ ਜ਼ੋਰ ਹੀ ਨਹੀਂ ਲਾਉਂਦੀਆਂ। ਅਤੇ ਉਸ ਤੋਂ ਇਲਾਵਾ ਇੱਧਰ ਵੇਖ ਲਓ, ਅਸਲੀ ਪਾਵਰ ਆ ਇਹਦੀ। ਪਹਿਲਾਂ ਤਾਂ ਮੈਨੂੰ ਲੱਗਦਾ ਸੀਗਾ ਕਿ ਇਹਦੇ ਰਿਸੀਵਰ 'ਚ ਪ੍ਰੋਬਲਮ ਆ ਗਈ ਹੈ, ਠੀਕ ਆ, ਪਰ ਮੌਕੇ 'ਤੇ ਤੁਸੀਂ ਨੋਟਿਸ ਕੀਤਾ ਹੋਊਗਾ ਇਹਦੇ 'ਤੇ HMD ਲਿਖਿਆ ਹੋਇਆ, ਆਹ ਦੇਖੋ, ਠੀਕ ਹੈ। HMT ਦਾ ਰਿਮੋਟ ਮੈਂ ਜਿਹੜਾ ਅਰਜਨ 'ਚ ਫਿੱਟ ਕਰਤਾ ਹੈ, ਅਰਜਨ ਦਾ ਰਿਮੋਟ ਮੈਂ HMT 'ਚ ਫਿੱਟ ਕਰਤਾ ਹੈ, ਅਤੇ HMD ਬਿਲਕੁਲ ਸਹੀ ਚੱਲ ਜਾਂਦੇ ਆ ਵੇਖ ਲਓ, ਯਾਨੀ ਕਿ ਰਿਮੋਟ 'ਚ ਕੋਈ ਪ੍ਰੋਬਲਮ ਨਹੀਂ ਗੀ, ਰਿਮੋਟ ਆਪਣਾ ਬਿਲਕੁਲ ਓਕੇ ਆ, ਇੱਕ ਚੀਜ਼ ਤਾਂ ਖੁਸ਼ੀ ਹੈ, ਠੀਕ ਹੈ। ਆਹ ਰਿਮੋਟ ਵੀ ਜਮ੍ਹਾਂ ਸਹੀ ਸੀ ਕਿਉਂਕਿ ਇਹਦੇ 'ਚ ਵਧੀਆ ਚੱਲਦਾ, ਇਹਦੇ 'ਚ ਫਿੱਟ ਕੀਤਾ, ਅਤੇ ਆਹ ਪ੍ਰੋਬਲਮ ਆਉਣ ਦੀ ਇਹਦੇ ਵਿੱਚ। ਹੁਣ ਮੈਨੂੰ ਇਹ ਨਹੀਂ ਪਤਾ ਕਿ ਮੋਟਰਾਂ 'ਚ ਕੋਈ ਦਿੱਕਤ ਹੈ ਕਿ ਮੋਟਰਾਂ ਹੀ ਲੋਡ ਲੈਣ ਦਈਆਂ ਇੰਨਾ, ਕਿ ਇਹਦੀ ਵਾਇਰਿੰਗ 'ਚ ਦਿੱਕਤ ਹੈ, ਕਿਉਂਕਿ ਵਾਇਰਿੰਗ 'ਚ ਵੀ ਦਿੱਕਤ ਹੋ ਸਕਦੀ ਕਿਤੇ ਨਾ ਕਿਤੇ, ਵਾਇਰਿੰਗ ਬਹੁਤ ਪਤਲੀ ਹੈ, ਅਤੇ ਮੈਨੂੰ ਤਾਂ ਮੇਨ ਆ ਵਾਇਰਿੰਗ ਵਾਲੀ ਪ੍ਰੋਬਲਮ ਲੱਗਣ ਦੀ ਹੈ, ਬਾਕੀ ਦੇਖਦੇ ਹਾਂ ਤਾਰਾਂ ਚੇਂਜ ਕਰਕੇ ਦੇਖ ਲੈਂਦੇ ਹਾਂ ਪ੍ਰੋਬਲਮ ਸੋਲਵ ਹੁੰਦੀ ਹੈ ਨਹੀਂ ਹੁੰਦੀ, ਕੀ ਬਣਦਾ, ਠੀਕ ਆ। ਆਹ ਇੱਕ ਸਮੱਸਿਆ ਆਉਣ ਦੀ ਜੇ, ਬਸ ਇਹਨੂੰ ਹੀ ਲੱਗਾ ਹੋਇਆ ਉਦੋਂ ਦਾ, ਮੈਂ ਇਹਨੂੰ ਤਾਂ ਪੂਰਾ ਫਿਕਸ ਕਰਤਾ ਸੀ, ਗੇਅਰਬੋਕਸ ਵੀ ਸੈੱਟ ਕਰਤਾ ਸੀਗਾ, ਪਰ ਉਦੋਂ ਬਾਅਦ ਆਹ ਪੰਗਾ ਪੈ ਗਿਆ ਵਿੱਚ, ਅਤੇ ਹੁਣ ਇਹਨੂੰ ਸੋਲਵ ਕਰਨ ਦਿਆਂ ਵਾਂ। ਚਲੋ ਦੇਖਦੇ ਹਾਂ ਸੋਲਵ ਹੁੰਦਾ ਨਹੀਂ ਹੁੰਦਾ, ਕੀ ਹੁੰਦਾ ਕਿਵੇਂ ਹੁੰਦਾ ਕਾਹਤੋਂ ਹੁੰਦਾ ਸਭ ਪਤਾ ਲੱਗ ਜੂਗਾ ਤੁਹਾਨੂੰ। ਚੰਗੀ ਪੱਧਰ 'ਤੇ ਕੰਮ ਆਪਣੇ ਅਰਜਨ 'ਤੇ ਹੀ ਚੱਲਣ ਦਿਆ, ਅਤੇ ਮੌਕੇ 'ਤੇ ਹਜੇ ਤੱਕ ਇਹਦੀ ਕੋਈ ਨਵੀਂ ਸਮਝ ਆਈ ਨਹੀਂ ਗੀ। ਅਤੇ ਆਹ ਦੇਖੋ ਮੈਂ ਨਾ ਡਾਇਰੈਕਟ ਸਪਲਾਈ ਲਾਈ ਹੈ, ਥੋੜ੍ਹਾ ਜਿਹਾ ਥਰੋਟਲ ਦਿੰਦਾ ਹੀ ਮੋਟਰਾਂ ਤੁਰ ਪੈਂਦੀਆਂ, ਇਹ ਦੇਖੋ, ਕਿਉਂਕਿ ਡਬਲ ਮੋਟਰ ਹੈ, ਪਾਵਰ ਬਹੁਤ ਜ਼ਿਆਦਾ ਇਹਦੇ 'ਚ, ਇਹ ਨਹੀਂ ਕਿ ਮੋਟਰ ਲੋਡ ਲੈਂਦੀ ਹੈ, ਠੀਕ ਆ। ਅਤੇ ਸਾਰਾ ਕੁਝ ਵੇਖ ਲਿਆ ਵੀ ਰਿਸੀਵਰ 'ਚ ਕੋਈ ਦਿੱਕਤ ਨਹੀਂ ਗੀ, ਮੋਟਰਾਂ 'ਚ ਕੋਈ ਦਿੱਕਤ ਨਹੀਂ ਗੀ, ਫਿਰ ਮੇਨ ਇੱਕ ਹੀ ਚੀਜ਼ ਵਿੱਚ ਬਚਦੀ ਹੈ, ਇੱਕ ਹੀ ਕੜੀ ਬਚਦੀ ਹੈ, ਉਹ ਹੈ ਤਾਰ। ਆਹ ਇੰਨਾ ਟੁਕੜਾ ਇਹਦੇ ਵਿੱਚ ਲੱਗਾ ਹੋਇਆ ਸੀ, ਉਹਦੇ ਵਿੱਚ ਹੀ ਆ ਕਨੈਕਟਰ ਸੀਗਾ, ਠੀਕ ਆ। ਅਤੇ ਹਜੇ ਕੁਝ ਕਨਫਰਮ ਨਹੀਂ ਗਾ, ਪਰ ਮੈਨੂੰ ਲੱਗਦਾ ਹੈ ਜਿਹੜੀ ਵੋਲਟੇਜ ਇੰਨੀ ਮਰਨ ਦੀ ਹੈ ਨਾ, ਉਹ ਇਸ ਕਨੈਕਟਰ ਕਰਕੇ ਹੋ ਸਕਦਾ, ਠੀਕ ਆ। ਅਤੇ ਇਹ ਤਾਰ ਆਪਾਂ ਚੇਂਜ ਕਰਦੇ ਹਾਂ, ਅਤੇ ਮੈਂ ਉਦੋਂ ਨਾ ਬਾਹਰ ਆਪਣੇ ਸਾਈਡ ਵਿੱਚ ਡੇਕਣ ਦਿਆਂ ਵੀ ਕਦੋਂ ਛਾਂ ਆਵੇ, ਕਦੋਂ ਵੀਡੀਓ ਸ਼ੂਟ ਕਰੀਏ। ਅਤੇ ਛਾਂ ਹੁਣ ਆਈ ਹੈ ਜਾ ਕੇ, ਅਤੇ ਮੌਕੇ 'ਤੇ ਟਾਈਮ ਵੇਖ ਲਓ 6 ਵੱਜ ਗਏ ਆ, ਠੀਕ ਆ। ਯਾਨੀ ਕਿ ਉੱਧਰੋਂ ਆਪਣੇ ਜਿੰਮ ਦਾ ਟਾਈਮ ਹੋ ਗਿਆ, ਉੱਧਰੋਂ ਵੀਡੀਓ ਸ਼ੂਟ ਕਰਨ ਦਾ ਟਾਈਮ ਹੋ ਗਿਆ। ਹੁਣ ਇੱਥੇ ਦੋ ਆਪਸ਼ਨ ਨੇ, ਜਾਂ ਤਾਂ ਮੈਂ ਜਿੰਮ ਛੱਡਦਾ, ਮਿਸ ਕਰਦਾ ਇਹਦੀ, ਅਤੇ ਜਾਂ ਵੀਡੀਓ ਸ਼ੂਟ ਕੈਂਸਲ ਕਰਦਾ। ਅਤੇ ਵੀਡੀਓ ਸ਼ੂਟ ਦਾ ਸੀਨ ਇੱਦਾਂ ਕਿ ਅੱਜ ਹੀ ਇੱਕ ਵੀਡੀਓ ਆਪਾਂ ਅਪਲੋਡ ਕੀਤੀ ਹੈ, ਠੀਕ ਆ, ਇੱਕ ਦੋ ਦਿਨ 'ਤੇ ਆਪਾਂ ਵਿੱਚ ਮਿਸ ਕਰ ਹੀ ਸਕਦੇ ਹਾਂ, ਅਤੇ ਆਪਾਂ ਫਿਰ ਦੇਖਦੇ ਹਾਂ ਸਵੇਰੇ ਸ਼ੂਟ ਕਰ ਲਾਂਗੇ। ਅਤੇ ਥੋੜ੍ਹਾ ਜਿਹਾ ਮੈਂ ਰੂਟੀਨ ਚੇਂਜ ਕਰਦਾ ਵਾਂ, 2 ਦਿਨ ਹੋ ਗਿਆ ਜਿੰਮ ਸ਼ਾਮ ਨੂੰ ਜਾਣ ਦਿਆਂ ਵਾਂ, ਅਤੇ ਸਵੇਰ ਤੋਂ ਨਾ ਰੂਟੀਨ ਚੇਂਜ ਕਰਕੇ ਸਵੇਰੇ ਜਿੰਮ ਜਾਂਦੇ ਹਾਂ, ਕੰਮ ਸਾਰੇ ਸਵੇਰੇ ਹੀ ਨਿਬੇੜਾਂਗੇ, ਜਿੰਨੇ ਵੀ ਕੰਮ ਨੇ ਨਾ ਸਾਰੇ ਸਵੇਰੇ ਨਿਬੇੜ ਕੇ, ਤਾਂ ਕਿ ਸ਼ਾਮ ਨੂੰ ਆਪਾਂ ਵਿਹਲੇ ਹੋਈਏ, ਫਿਰ ਸ਼ਾਮ ਨੂੰ ਵੀਡੀਓ ਸ਼ੂਟ ਕਰ ਸਕਾਂਗੇ। ਅਤੇ ਦੂਜਾ ਮੇਰਾ ਪਲਾਨ ਇਹ ਆ ਕਿ ਅੱਜ ਰਾਤ ਨੂੰ ਸ਼ੂਟ ਕਰਕੇ ਦੇਖਦੇ ਹਾਂ ਕਿ ਜ਼ਿਆਦਾ ਜੇ ਮੱਖੀ ਮੱਛਰ ਨਾ ਹੋਇਆ ਨਾ ਬਾਹਰ, ਅਤੇ ਕੁਆਲਿਟੀ ਵਧੀਆ ਆਉਂਦੀ ਹੋਈ, ਅਤੇ ਅੱਜ ਇੱਕ ਨਾਈਟ ਸ਼ੂਟ ਕਰ ਲਾਂਗੇ ਆਪਾਂ, ਠੀਕ ਹੈ। ਆਹ ਪਲਾਨ ਹੈ ਵੀ 50-50 ਚਾਂਸ ਹੈਗੇ ਨੇ ਅਜੇ ਵੀਡੀਓ ਸ਼ੂਟ ਕਰਨ ਦੇ, ਜਮ੍ਹਾਂ ਕੈਂਸਲ ਨਹੀਂ ਕੀਤਾ, ਨਿਕਲਦੇ ਹਾਂ ਜਿੰਮ ਵਾਸਤੇ, ਠੀਕ ਆ। ਅਤੇ ਆ ਕੇ ਫਿਰ ਕਰਦੇ ਹਾਂ ਇਹਦੇ 'ਤੇ ਕੰਮ, ਉਮੀਦ ਹੈ ਕਿ ਅਰਜਨ ਆਪਣਾ ਠੀਕ ਹੋ ਜੂਗਾ, ਬਾਕੀ ਦੇਖੋ ਸ਼ਾਮ ਤੱਕ ਪਤਾ ਲੱਗ ਜੂ, ਸ਼ਾਮ ਤੱਕ, ਸ਼ਾਮ ਤਾਂ ਹੋਈ ਗਈ, ਰਾਤ ਤੱਕ ਪਤਾ ਲੱਗ ਜੂ ਵਲੌਗ ਦੇ ਐਂਡ ਤੱਕ, ਠੀਕ ਹੈ। ਮੁੰਡਿਓ ਸੀਨ ਕੁਛ ਇੱਦਾਂ ਹੈ ਕਿ ਜਿੰਮ ਲਾਈ ਮੈਂ, ਘੰਟਾ ਕੀ ਲਾਈ, ਜ਼ਿਆਦਾ ਨਹੀਂ ਲਾਈ ਅੱਜ, ਜਿੰਮ ਲਾ ਕੇ ਸਿੱਧਾ ਜਾਂਦੇ ਹਾਂ ਇਲਾਹਾਬਾਦ ਆਪਾਂ, ਠੀਕ ਆ। ਇਲਾਹਾਬਾਦ ਕਦੋਂ ਜਾਂਦੇ ਹਾਂ ਉਹ ਤੁਹਾਨੂੰ ਮੈਂ ਜਾਂ ਪਹਿਲਾਂ ਮੈਂ ਜਾ ਕੇ ਦੱਸਦਾ, ਮੈਂ ਪਹਿਲਾਂ ਮੈਂ ਲਾਈ ਗਿਆ, ਜਾਂ ਮੈਂ ਘਰੇ ਜਾ ਕੇ ਦੱਸਦਾ, ਠੀਕ ਹੈ। ਅਤੇ ਆਹ ਦੇਖੋ, ਆਹ ਇੱਕ ਜ਼ਰੂਰੀ ਚੀਜ਼ ਲੈਣ ਗਏ ਸੀ ਆਪਾਂ ਇਲਾਹਾਬਾਦ, ਇਹਦੇ ਵਿੱਚ ਕੀ ਹੈ, ਚੀਜ਼ ਤਾਂ ਵੈਸੇ ਬਹੁਤ ਸਿਰਾ ਹੈ ਅਤੇ ਮੈਨੂੰ ਕਾਫੀ ਟਾਈਮ ਤੋਂ ਇਹਦਾ ਇੰਤਜ਼ਾਰ ਸੀਗਾ, ਪਰ ਤੁਹਾਨੂੰ ਮੇਰੇ ਹਿਸਾਬ ਨਾਲ ਹਜੇ ਥੋੜ੍ਹਾ ਜਿਹਾ ਇੰਤਜ਼ਾਰ ਹੋਰ ਕਰਨਾ ਪਊਗਾ ਵੇਖਣ ਵਾਸਤੇ ਕਿ ਇਹਦੇ ਵਿੱਚ ਕੀ ਹੈ, ਠੀਕ ਆ। ਕਿਉਂਕਿ ਇਹਦੀ ਮੈਂ ਇੱਕ ਪ੍ਰੋਪਰ ਅਨਬੋਕਸਿੰਗ ਦੀ ਵੀਡੀਓ ਬਣਾਵਾਂਗਾ, ਜਿਹੜੀ ਕਿ ਮੈਂ ਸਵੇਰੇ ਸਵੇਰੇ ਟਾਈਮ ਨਾਲ ਸ਼ੂਟ ਕਰ ਦਾਂਗਾ। ਕੋਸ਼ਿਸ਼ ਮੈਂ ਇਹ ਕਰਾਂਗਾ ਕਿ ਸਵੇਰੇ ਟਾਈਮ ਨਾਲ ਸ਼ੂਟ ਕਰਕੇ, ਅਤੇ ਕੱਲ੍ਹ ਦੇ ਕੱਲ੍ਹ ਐਡਿਟ ਕਰਕੇ ਸ਼ਾਮ ਨੂੰ ਅਪਲੋਡ ਕਰਦਾ ਵੀਡੀਓ, ਠੀਕ ਹੈ। ਅਤੇ ਬਾਕੀ ਕੱਲ੍ਹ ਵਾਲੇ ਵਲੌਗ 'ਚ ਤੁਹਾਨੂੰ ਪਤਾ ਲੱਗ ਜੂ ਇਹਦੇ ਵਿੱਚ ਕੀ ਹੈ। ਅਤੇ ਉਸ ਤੋਂ ਇਲਾਵਾ ਆਪਾਂ ਹਜੇ ਅਰਜਨ ਦਾ ਦੇਖਣਾ ਵੀ ਕੀ ਇਹਦੇ 'ਚ ਪ੍ਰੋਬਲਮ ਆਈ ਹੈ, ਹਜੇ ਤਾਂ ਕੋਈ ਸਲਿਊਸ਼ਨ ਹੋਇਆ ਨਹੀਂ ਇਹਦਾ, ਹਜੇ ਮੇਨ ਪ੍ਰੋਬਲਮ ਹੀ ਨਹੀਂ ਪਤਾ ਲੱਗੀ ਉਹਦਾ ਸਲਿਊਸ਼ਨ ਤਾਂ ਕੀ ਹੋਣਾ। ਅਤੇ ਇਹ ਕਰਦੇ ਹਾਂ, ਅਤੇ ਜਿੱਦਾਂ ਕਿ ਆਪਣਾ ਪਲੈਨ ਸੀਗਾ ਕਿ ਬਾਹਰ ਸ਼ੂਟ ਕਰਦੇ ਹਾਂ ਵੀਡੀਓ, ਵੀ ਨਾਈਟ ਸ਼ੂਟ ਕਰ ਲਾਂਗੇ, ਪਰ ਸਾਰੇ ਪਲੈਨ 'ਤੇ ਫਿਰ ਰੱਬ ਨੇ ਹਵਾ ਫੇਰਤੀ ਹੈ, ਬਾਹਰ ਚੱਲਣ ਦੀ ਹੈ ਹਨੇਰੀ, ਠੀਕ ਆ, ਮੌਸਮ ਥੋੜ੍ਹਾ ਜਿਹਾ ਖਰਾਬ ਹੋ ਗਿਆ।
ਤੇ ਉਹ ਵੀ ਕੰਮ ਹੁਣ ਹੋਣਾ ਨਹੀਂਗਾ ਇਸ ਕਰਕੇ ਸ਼ੂਟਿੰਗ ਵਾਲਾ ਕੰਮ ਆਪਾਂ ਨੂੰ ਕੱਲ੍ਹ ਕਰਨਾ ਪੈਣਾ ਅਤੇ ਬਾਕੀ ਕਮੈਂਟ ਆਉਂਦੇ ਨੇ ਵੀਰਾਂ ਦੇ ਕਿ ਵਲੋਗ ਛੋਟਾ ਹੁੰਦਾ ਥੋੜ੍ਹਾ ਜਿਹਾ ਲੰਮਾ ਸ਼ੂਟ ਕਰਿਆ ਕਰੋ ਅਤੇ ਵਲੋਗ ਦੇ ਵਿੱਚ ਜ਼ਿਆਦਾ ਕੁਝ ਵਿਖਾਉਣ ਵਾਲਾ ਹੁੰਦਾ ਨਹੀਂ ਕਿਉਂਕਿ 24 ਘੰਟੇ ਮੈਂ ਇੱਥੇ ਰਹਿੰਦਾ ਸੈਟਅਪ 'ਚ ਅਤੇ ਜ਼ਿਆਦਾਤਰ ਵੀਡੀਓ ਸ਼ੂਟ ਕਰ ਲੈਂਦਾ ਵਾਂ ਜਾਂ ਅੱਧਾ ਟਾਈਮ ਮੇਰਾ ਐਡੀਟਿੰਗ ਕਰਨ 'ਚ ਲੰਘ ਜਾਂਦਾ ਫਿਰ ਉਹਦੇ 'ਚ ਕੀ ਸ਼ੂਟ ਕਰਾਂ ਬਾਕੀ ਚਲੋ ਅੱਜ ਵਾਲਾ ਵਲੋਗ ਆਪਾਂ ਕਰਦੇ ਹਾਂ ਥੋੜ੍ਹਾ ਜਿਹਾ ਲੰਮਾ ਥੋੜ੍ਹਾ ਜਿਹਾ ਤਾਂ ਨਹੀਂ ਉਹ ਹੀ 14-15 ਮਿੰਟ ਦਾ ਬਣੂੰਗਾ ਮੇਰੇ ਹਿਸਾਬ ਨਾਲ ਠੀਕ ਆ ਅਤੇ ਕਮੈਂਟ ਆ ਰਹੇ ਸੀਗੇ ਇੱਕ ਦੋ ਵੀਡੀਓ 'ਚ ਵੀ ਮੈਂ ਕਮੈਂਟ ਪੜ੍ਹੇ ਸੀਗੇ ਦੋ ਤਿੰਨ ਮੈਨੂੰ ਪਰਸਨਲ ਕਮੈਂਟ ਆਏ ਸੀਗੇ ਕਿ ਫੋਰਡ ਟਰੈਕਟਰ ਵਿਖਾਓ ਕਾਫੀ ਟਾਈਮ ਪਹਿਲਾਂ ਮੈਂ ਫੋਰਡ ਟਰੈਕਟਰ ਵਿਖਾਇਆ ਸੀ ਆਪਣੇ ਕੋਲ ਫੋਰਡ ਦਾ ਮਾਡਲ ਲੈ ਕੇ ਨਿੱਕਾ ਜਿਹਾ ਅਤੇ ਕਹਿੰਦੇ ਸੀ ਵੀ ਉਹ ਵਿਖਾਓ ਨਾਲੇ ਉਹਦੇ 'ਤੇ ਕੰਮ ਸਟਾਰਟ ਕਰੋ ਉਹਨੂੰ ਮੋਡੀਫਾਈ ਕਰੋ ਉਹਨੂੰ ਮੋਡੀਫਾਈ ਤਾਂ ਨਹੀਂ ਕਰ ਸਕਦੇ ਆਪਾਂ ਉਹਦਾ ਰੀਜ਼ਨ ਕੀ ਉਹ ਤੁਹਾਨੂੰ ਮੈਂ ਵਿਖਾਉਣਾ ਹੁਣੇ ਤੂੰ ਵਿਖਾਉਣਾ ਮਤਲਬ ਵੀ ਤੁਹਾਨੂੰ ਦੱਸ ਦੇਵਾਂ ਨਾਲੇ ਵਿਖਾਈ ਦੇਣਾ ਵਾਂ ਅਤੇ ਉਸ ਤੋਂ ਇਲਾਵਾ ਆਪਾਂ ਰੀਲ ਵੀ ਬਣਾਉਣੀ ਹੈ ਜੇ ਰੀਲ ਅਪਲੋਡ ਨਹੀਂ ਕੀਤੀ ਇਸ ਕਰਕੇ ਅੱਜ ਆਪਾਂ ਫੋਰਡ ਦੀ ਰੀਲ ਬਣਾਉਂਦੇ ਹਾਂ ਠੀਕ ਆ ਟਰੈਕਟਰ ਵੈਸੇ ਤਾਂ ਇੱਕ ਹੋਰ ਆ ਮਾਡਲ ਖੋਲ੍ਹਣ ਵਾਲਾ ਆਏ ਡਿਊਜ਼ ਫਾਰ ਅਤੇ ਇਹਨੂੰ ਆਪਾਂ ਦੇਖਦੇ ਹਾਂ ਫਿਰ ਟਾਈਮ ਕੱਢ ਕੇ ਇਹਨੂੰ ਖੋਲ੍ਹਾਂਗੇ ਆਪਾਂ ਕੰਮ ਤਾਂ ਨਹੀਂ ਅਜੇ ਸਟਾਰਟ ਹੋਣਾ ਇਹਦੇ 'ਤੇ ਵੀ ਪਰ ਛੇਤੀ ਅਨਬੋਕਸਿੰਗ ਕਰ ਦਾਂਗੇ ਬਾਕੀ ਪਤਾ ਨਹੀਂ ਕਿੰਨੀ ਕੁ ਵਾਰੀ ਅਨਬੋਕਸਿੰਗ ਕਰ ਚੁੱਕੇ ਹਾਂ ਆਪਾਂ ਅਤੇ ਸਬਸਕ੍ਰਾਈਬਰ ਨਵੇਂ ਜੁੜਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਪੁਰਾਣੇ ਸਬਸਕ੍ਰਾਈਬਰਾਂ ਨੇ ਤਾਂ ਵਲੋਗ ਵੇਖੇ ਹੁੰਦੇ ਨੇ ਅਤੇ ਮੈਂ ਕਿਹਾ ਚਲੋ ਇੱਕ ਵਾਰੀ ਹੋਰ ਕਰ ਦਈਏ ਅਨਬੋਕਸਿੰਗ ਆ ਸੀਗਾ ਫੋਰਡ ਠੀਕ ਆ ਫੋਰਡ 3600 ਆ ਦੇਖੋ ਵਿੱਚ ਕੀ ਰਹਿ ਗਿਆ ਇੱਕ ਸਲੈਂਸਰ ਰਹਿ ਗਿਆ ਬਸ ਇਹਦਾ ਆਹ ਦੇਖੋ ਤੁਸੀਂ ਆਹ ਜੇ ਫੋਰਡ ਟਰੈਕਟਰ ਅਤੇ ਇਹਨੂੰ ਮੋਡੀਫਾਈ ਨਾ ਕਰਨ ਦਾ ਇੱਕੋ ਇੱਕ ਰੀਜ਼ਨ ਹੈ ਵੈਸੇ ਤਾਂ ਸਾਰਿਆਂ ਗੈਸ ਕਰ ਹੀ ਲਿਆਊਗਾ ਪਰ ਫਿਰ ਵੀ ਮੈਂ ਦੱਸ ਦੇਣਾ ਉਹ ਇਹਦਾ ਸਾਈਜ਼ ਇਹਦੇ ਸਾਈਜ਼ ਕਰਕੇ ਆਪਾਂ ਇਹਨੂੰ ਰਿਮੋਟ ਕੰਟਰੋਲ ਨਹੀਂ ਬਣਾ ਸਕਦੇ ਕਿਉਂਕਿ ਇਹਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਟਰੈਕਟਰ ਹੈ ਇਹ ਆਪਣੀ ਜਿਹੜੀ ਕੈਟੇਗਰੀ ਹੈ ਟਰੈਕਟਰਾਂ ਦੀ ਤੁਸੀਂ ਉਹਦੇ ਕੰਪੈਰੀਜ਼ਨ 'ਚ ਤੁਸੀਂ ਆਪ ਹੀ ਵੇਖ ਲਓ ਟਰੈਕਟਰ ਦਾ ਸਾਈਜ਼ ਕੀ ਹੈ ਨਾਲ ਖੜਾ 6011 ਅਤੇ ਉਹਦੇ ਨਾਲ ਟਰੈਕਟਰ ਖੜਾ ਵੇਖ ਲਓ 6011 ਦੇ ਟਾਇਰ ਜੇ ਡੈਪ ਹੋ ਰਿਹਾ ਟਰੈਕਟਰ ਚੌੜਾਈ ਦੇ ਵਿੱਚ ਇਹ ਟਰੈਕਟਰ ਨਾ ਬਾਹਲਾ ਛੋਟਾ ਮਾਡਲ ਹੈ ਇਹ ਤਾਂ ਚਲੋ ਮੈਂ ਉਦੋਂ ਹੀ ਔਡਰ ਕਰ ਲਿਆ ਸੀਗਾ ਐਗਜੈਕਟ ਮੈਨੂੰ ਨਹੀਂ ਸੀ ਪਤਾ ਸਾਈਜ਼ ਕੀ ਨਿਕਲੂਗਾ ਪਰ ਸਾਈਜ਼ ਇਹਦਾ ਬਾਹਲਾ ਛੋਟਾ ਨਿਕਲਿਆ ਅਤੇ ਕੋਈ ਚੱਕਰ ਨਹੀਂ ਗਾ ਆਉਣ ਵਾਲੇ ਟਾਈਮ 'ਚ ਫੋਰਡ ਨਵਾਂ ਤਿਆਰ ਕਰਾਂਗਾ ਮੈਂ ਛੇਤੀ ਹੋਈ ਵੈਸੇ ਮੈਂ ਦੱਸ ਦਾਣੀ ਉਹ ਪਾਰਸਲ ਦੇ ਵਿੱਚ ਕੀ ਹੈ ਪਰ ਆਉਣ ਵਾਲੇ ਟਾਈਮ 'ਚ ਟਰੈਕਟਰਾਂ ਦੀ ਫੁੱਲ ਤਿਆਰੀ ਆ ਜ਼ੋਰਾਂ ਸ਼ੋਰਾਂ ਨਾਲ ਉਹ ਤੁਹਾਨੂੰ ਅਨਬੋਕਸਿੰਗ ਤੋਂ ਪਤਾ ਲੱਗ ਜੂਗਾ ਅਤੇ ਇੱਕ ਦੋ ਚੀਜ਼ਾਂ ਹੋਰ ਮੰਗਾਈਆਂ ਹੋਈਆਂ ਨੇ ਬਸ ਉਹ ਆ ਜਾਣ ਫਿਰ ਤੁਹਾਨੂੰ ਪਤਾ ਲੱਗੂਗਾ ਆਉਣ ਵਾਲੇ ਟਾਈਮ 'ਚ ਫੁੱਲ ਤਗੜੀ ਤਿਆਰੀ ਹੈ ਤਗੜੇ ਤਗੜੇ ਟਰੈਕਟਰ ਆਪਾਂ ਲਾਂਚ ਕਰਨੇ ਨੇ ਠੀਕ ਹੈ ਟਾਈਮ ਭਾਵੇਂ ਥੋੜ੍ਹਾ ਜਿਹਾ ਲੱਗ ਜਾਏ ਪਰ ਕਰਨੇ ਰੀਜਨਲ ਨੇ ਤਿਆਰ ਇੱਕ ਤਾਂ ਫੋਰਡ ਦਾ 3D ਡਿਜ਼ਾਈਨ ਬਣਾਉਣਾ ਦੂਜਾ ਆਪਾਂ ਹਿੰਦੁਸਤਾਨ ਦਾ 3D ਡਿਜ਼ਾਈਨ ਬਣਾਉਣਾ ਤੀਜਾ ਆਪਾਂ ਬਣਾਉਣਾ ਸਵਰਾਜ 744 ਉਹ ਦੇਖੋ ਹਰੇ ਰੰਗ ਦਾ ਸਵਰਾਜ ਕਿਹੜਾ ਨਾ ਉਹਦੀ ਜਗ੍ਹਾ 'ਤੇ ਨੀਲੇ ਰੰਗ ਦਾ ਸਵਰਾਜ ਉਹਦੀ ਸ਼ੋ ਡਿਜ਼ਾਈਨ ਕਰਨੀ ਹੈ ਮੈਂ ਕਿਉਂਕਿ ਨਾ ਸਵਰਾਜ ਟਰੈਕਟਰ ਹੋ ਗਿਆ ਫੋਰਡ ਹੋ ਗਿਆ ਇਹਨਾਂ ਟਰੈਕਟਰਾਂ ਦੀ ਸ਼ੋ ਡਿਜ਼ਾਈਨ ਕਰਨੀ ਸੌਖੀ ਹੈ ਇਹਦੇ 'ਚ ਜ਼ਿਆਦਾ ਕਰਵ ਵਗੈਰਾ ਹੁੰਦੀ ਨਹੀਂ ਜਿਵੇਂ ਆਹ ਹੋ ਗਿਆ ਅਰਜਨ ਇਹਦੀ ਆਹ ਸ਼ੋ ਹੋ ਗਈ ਜਿਹੜਾ ਦੂਜਾ ਅਰਜਨ ਨੋਰਮਲ ਉਹ ਖੜਾ ਸਿੰਪਲ ਆਪਣਾ ਉਹਦੀ ਸ਼ੋ ਉਹਨੂੰ ਡਿਜ਼ਾਈਨ ਕਰਨਾ ਨਾ ਥੋੜ੍ਹਾ ਜਿਹਾ ਪੇਚੀਦਾ ਹੈ ਇੱਦਾਂ ਨਾ ਕਰਵ ਜੀ ਦੇਣੀ ਔਖੀ ਹੈ ਜਿਹੜਾ ਸੋਫਟਵੇਅਰ ਮੈਂ ਯੂਜ਼ ਕਰਨਾ ਉਹਦੇ ਵਿੱਚ ਠੀਕ ਆ ਪਰ ਜਿਹੜੇ ਸਵਰਾਜ ਹੋ ਗਿਆ ਜਿਵੇਂ ਅਤੇ ਉਸ ਤੋਂ ਇਲਾਵਾ ਹੋਰ ਕਿਹੜਾ ਟਰੈਕਟਰ ਹੈ 6011 ਹੋ ਗਿਆ ਠੀਕ ਹੈ ਇਹਨਾਂ ਟਰੈਕਟਰਾਂ ਦਾ ਡਿਜ਼ਾਈਨ ਕਰਨਾ ਥੋੜ੍ਹਾ ਜਿਹਾ ਸੌਖਾ ਹੈ ਅਤੇ ਇਸ ਕਰਕੇ ਇਹ ਈਜ਼ੀਲੀ ਡਿਜ਼ਾਈਨ ਹੋ ਜਾਂਦੇ ਨੇ ਬਾਕੀ ਚਲੋ ਅੱਗੇ ਮਾਰਾਂਗੇ ਮੱਥਾ ਫਿਲਹਾਲ ਤਾਂ ਟਾਈਮ ਨਹੀਂ ਮਿਲਦਾ ਮੇਨ ਸਭ ਨਾਲ ਵੱਡਾ ਚੱਕਰ ਹੀ ਟਾਈਮ ਦਾ ਤੁਹਾਡੇ ਸਾਹਮਣੇ ਹੀ ਆ ਅੱਜ ਤੀਜਾ ਦਿਨ ਤੀਜਾ ਨਹੀਂ ਦੂਜਾ ਦਿਨ ਹੈ ਮੈਨੂੰ ਲੱਗਦਾ ਤੀਜਾ ਦਿਨ ਵੀ ਤੁਰ ਜਾਣਾ ਇਹਦੇ 'ਤੇ ਜੇ ਪ੍ਰੋਬਲਮ ਨਾ ਪਤਾ ਲੱਗੀ ਵੀ 3 ਦਿਨ ਅਰਜਨ ਨੂੰ ਰਿਪੇਅਰ ਕਰਨ 'ਚ ਲੰਘ ਜਾਣੇ ਆਪਣੇ 9-11 ਦੇ ਕੰਮ ਉੱਥੇ ਦਾ ਉੱਥੇ ਹੀ ਖੜਾ ਲੋਡਰ ਨੂੰ ਵਿਚਾਰਾ ਅਤੇ ਤੁਹਾਨੂੰ ਪਤਾ ਹੀ ਉਹਦੀ ਸਟੋਰੀ ਸਾਰੀ ਉਹਦਾ ਸਮਾਨ ਮੰਗਾਇਆ ਹੋਇਆ ਇਸ ਕਰਕੇ ਉਹਨੂੰ ਫੁੱਲ ਇਗਨੋਰ ਕੀਤਾ ਜਾ ਰਿਹਾ ਜੰਗੀ ਪੱਧਰ 'ਤੇ ਠੀਕ ਹੈ ਅਤੇ ਚਲੋ ਇੱਕ ਮੈਂ ਰੀਲ ਬਣਾ ਲਾਂ ਛੇਤੀ ਛੇਤੀ ਫੋੜ ਨਾਲ ਠੀਕ ਆ ਉਸ ਤੋਂ ਬਾਅਦ ਥੋੜ੍ਹੀ ਜਿਹੀ ਹੋਰ ਵਾਰਤਾਲਾਪ ਕਰਦੇ ਹਾਂ ਜਾਂ ਮੈਂ ਕਰਦਾ ਵਾਂ ਅਰਜਨ ਦੀ ਪ੍ਰੋਬਲਮ ਹੀ ਚੈੱਕ ਕਰਦਾ ਵਾਂ ਵਾਰਤਾਲਾਪ ਆਪਾਂ ਬਾਅਦ 'ਚੋਂ ਕਰ ਲਾਂਗੇ ਮੈਂ ਸੋਲਡਰਿੰਗ ਔਨ ਕਰਦਾ ਠੀਕ ਆ ਕਿਉਂਕਿ ਇਹਦੀ ਜ਼ਰੂਰਤ ਪੈਣੀ ਹੈ ਟਾਂਕੇ ਟੂੰਕੇ ਲਾਉਣ 'ਚ ਅਤੇ ਆਪਾਂ ਅਰਜਨ ਦੀ ਪ੍ਰੋਬਲਮ ਸੋਲਵ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਇੱਕ ਰੀਲ ਸ਼ੂਟ ਕਰ ਲਾਂ ਠੀਕ ਆ ਲਓ ਵੀ ਮੁੰਡਿਓ ਮੈਨੂੰ ਲਗਭਗ 1 ਘੰਟਾ ਹੋ ਚੱਲਾ ਅਰਜਨ ਦੇ ਮੱਥਾ ਮਾਰਦੇ ਨੂੰ ਪਰ ਮੌਕੇ 'ਤੇ ਤਾਂ ਕੋਈ ਹੱਲ ਨਹੀਂ ਜੀ ਹੋਇਆ ਇਹਦਾ ਆਹ ਸਪੀਡ ਹੈ ਇਹਦੀ ਠੀਕ ਹੈ ਉਹ ਵੀ ਫੁੱਲ ਥਰੋਟਲ 'ਤੇ ਆਹ ਦੇਖੋ ਅਤੇ ਜੇ ਬਿਲਕੁਲ ਘੱਟ ਥਰੋਟਲ 'ਤੇ ਨਾ ਤੁਰਦਾ ਹੀ ਨਹੀਂ ਲਓ ਹੁਣ ਤਾਂ ਜਮਾਂ ਹੀ ਨਹੀਂ ਤੁਰਨ ਦਿਆ ਹੁਣ ਜਮਾਂ ਹੀ ਸਮਝ ਨਹੀਂ ਆਉਂਦੀ ਵੀ ਹੁਣ ਕੀ ਦਿਆ ਇਹਨੂੰ ਹੋਇਆ ਕੀ ਹੈ ਚੰਗਾ ਵਾਲਾ ਚੱਲਦਾ ਆਪਾਂ ਵੀਡੀਓ ਸ਼ੂਟ ਕੀਤੀ ਇੰਨੀ ਵਧੀਆ ਅਤੇ ਚੰਗੇ ਵਾਲੇ ਚੱਲਦੇ ਨੂੰ ਪਤਾ ਨਹੀਂ ਕੀ ਹੋ ਗਿਆ ਬਾਕੀ ਮੇਰੇ ਨਾਲ ਨਾ
कई बार इदा होया कि दिक्कत आँदी है, ठीक है, मैं उत्थे ही छड़ देना उन्हें उस हालातों से। अगले दिन 90% चांस ने वो प्रॉब्लम सॉल्व हो जाती, किदा होंगी मैनू नहीं पता, पर मेरे नाल इदा कई बार होया जो तो मैं बहुत ज़्यादा इरीटेट हो जाना फिर मैं छड़ देना चीज़ को। मैं क्या भी चल हूँ टाइम तो छड़ देना, तेनों थोड़ा चिर रोक के ठंडे दिमाग ना तेरे से मत्था मारांगे, ठीक है, हूँ एक बार आप इन इतें छड़ दें। तो उधरों टाइम भी काफ़ी हो गया, इस करके ना आप व्लॉग इतें ही करते हैं। एंड जे किसी को समझ आती कोई प्रॉब्लम, ठीक है, क्योंकि मॉडलों वाले वाधू जनता है, वाधू जनता जुड़ी हुई है मेरे नाल जिहड़ी मॉडलों पर काम करती है, कई तो मेरे तो भी बैटर ने इस मामले, ठीक है, मॉडलों के मामले कई मेरे तो भी उत्ते पे हुए हैं बंदे। जे किसी को कोई नॉलेज हो, कई बार इदा हों प्रॉब्लम सामने होंगी है पर ना आपू समझ नहीं आती, दूजे बंद समझ आ जाती है। जे कोई इदा की कोई भी तुम्हें लगता हो इतने प्रॉब्लम हो सकती है तो कमेंट जरूर करो, ठीक है, फिर आप कल आते तो फिर मत्था मारांगे, ठीक है मंडियो। तो अज का व्लॉग फिर अपना इतों तक ही है, वेखने लिए बहुत बहुत धन्यवाद जी सारे वीर का, जेडे वीर चैनल नवे ने सबसक्राइब कर लो, मिलते हैं सवेरे नवे व्लॉग च। तो वीडियो के आइडिया जरूर दो वीडियो शूट करने, ठीक है, मौके पर अपने को परला सैटअप रेडी है, उस हिसाब न आइडिया दो, जो उरला सैटअप है वह मैं इस हफ्ते च रेडी कर देना, उस तो बाद फिर इधर काम करा, ठीक है जी, चलो मिलते हैं सवेरे, ओके बाय टाटा।